ਤੇ ਬੜੀ ਦੁੱਖ ਦੀ ਗੱਲ ਆ। ਕੱਲ ਰਾਤ ਜ਼ਿਲ੍ਹਾ ਕਠੂਆ ਬਿਲਾਵਰ ਦੇ ਵਿੱਚ ਭਾਰਤੀ ਫੌਜ ਦੇ ਉੱਤੇ ਹਮਲਾ ਕੀਤਾ ਗਿਆ ਅੱਤਵਾਦੀਆਂ ਵੱਲੋਂ। ਜਦਕਿ ਪਤਾ ਵੀ ਬਾਰਡਰ ਦੇ ਉੱਤੇ ਕੁਛ ਅਣਪਛਾਤੇ ਲੋਕ ਜਿਹੜੇ ਆ ਬਾਰਡਰ ਕ੍ਰਾਸ ਕਰਕੇ ਆਏ ਹੋਏ ਨਾ, ਇੰਟੈਲੀਜੈਂਸੀਆਂ ਕੀ ਕਰ ਰਹੀਆਂ ਸਮਝ ਨਹੀਂ ਆਉਂਦੀ ਇਹਨਾਂ ਦੀ, ਵੀ ਕਰ ਕੀ ਰਹੇ ਨਾ। ਇਹਨਾਂ ਨੂੰ ਕਿੰਨੇ ਦਿਨ ਹੋ ਗਿਆ ਸਰਚ ਕਰਦੇ, ਕੋਈ ਪਤਾ ਨਹੀਂ ਅੱਜ ਤੱਕ ਲੱਗਾ, ਲੇਕਿਨ ਉਹਨਾਂ ਨੇ ਵਾਰਦਾਤ ਕਰਕੇ ਦੱਸ ਦਿੱਤੀ ਵੀ ਅਸੀਂ ਇੱਥੇ ਹੀ ਹਾਂ ਜੀ। ਅਸੀਂ ਅੱਜ ਉਹਨਾਂ ਦੀ ਆਤਮਾ ਦੇ ਲਈ ਮੌਨ ਰੱਖਿਆ, ਸ਼ਾਂਤੀ ਦਾ ਪ੍ਰਸਤਾਵ ਛੱਡਿਆ, ਔਰ ਅਸੀਂ ਜਿਹੜੇ ਹਸਪਤਾਲ ਵਿੱਚ ਦਾਖਲ ਹਾਂ ਉਹਨਾਂ ਦੀ ਜਿਹੜੀ ਹੈ ਜ਼ਿੰਦਗੀ ਦੇ ਲਈ ਪ੍ਰਾਰਥਨਾ ਕੀਤੀ ਹੈ ਵੀ ਉਹ ਸਵਸਥ ਹੋ ਕੇ ਆਪਣੇ ਪਰਿਵਾਰ ਵਿੱਚ ਜਾਣ ਔਰ ਤੰਦਰੁਸਤੀ ਆਪਣੇ ਘਰ ਵਿੱਚੋਂ ਰਹਿਣ। ਮੇਰੀ ਫਿਰ ਬੇਨਤੀ ਹੈ ਸੈਂਟਰ ਸਰਕਾਰ ਅੱਗੇ ਵੀ ਇੱਕ ਛੋਟਾ ਜਿਹਾ ਮੁਲਕ ਆ, ਕਿਉਂ ਇੰਡੀਆ ਡਰਦਾ ਉਹਦੇ ਕੋਲੋਂ, ਸਾਨੂੰ ਇਹ ਸਮਝ ਨਹੀਂ ਆਉਂਦੀ ਵੀ ਐਡਾ ਵੱਡਾ ਜਾਣੀ ਕਿ ਇੱਕ ਮੁਲਕ ਹੋ ਕੇ ਇੱਕ ਛੋਟਾ ਜਿਹਾ ਮੁਲਕ ਜਿਸ ਮੁਲਕ ਨੂੰ ਖੁਦ ਇੰਡੀਆ ਨੇ ਜੰਮਿਆ, ਖੁਦ ਉਹਨਾਂ ਨੂੰ ਤਰਪਾਲਾਂ ਦਿੱਤੀਆਂ, ਅੱਜ ਉਹ ਸਾਡੇ ਅੱਗੇ ਭੌਂਕ ਰਹੇ ਨੇ। ਜੈ ਹਿੰਦ ਜੈ ਭਾਰਤ।